ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਾਰੀਆਂ ਤਿਆਰੀਆਂ ਮੁਕੰਮਲ। ਵੀਰਵਾਰ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਕੋਰੀਡੋਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਹੋਣ ਜਾ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੀਟਿੰਗ ਨੂੰ ਲੈ ਕੇ SDM ਡੇਰਾ ਬਾਬਾ ਨਾਨਕ ਨੇ ਦੱਸਿਆ ਹੈ ਕਿ ਕੱਲ੍ਹ ਹੋਣ ਜਾ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੰਜਾਬ ਦੇ ਸਾਰੇ ਮੰਤਰੀ ਹਿੱਸਾ ਲੈਣਗੇ, ਜਿਹਨੂੰ ਧਿਆਨ ਵਿੱਚ ਰੱਖਦੇ ਹੋਏ ਸਥਾਨਕ ਅਨਾਜ ਮੰਡੀ ਵਿੱਚ ਪੰਡਾਲ ਲਾਏ ਜਾ ਚੁੱਕੇ ਹਨ ਅਤੇ ਇਸ ਦੇ ਨਾਲ ਮੀਟਿੰਗ ਦੀ ਜਗ੍ਹਾ ਦੇ ਨਾਲ ਨਾਲ ਜਿੱਥੇ ਮੁੱਖ ਮੰਤਰੀ ਪ੍ਰੈਸ ਦੇ ਰੂਬਰੂ ਹੋਣਗੇ ਅਤੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਦੇ ਪਾਣੀ ਦੇ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਜਿਸ ਤਰ੍ਹਾਂ ਜੀ ਕੱਲ੍ਹ ਮਾਣਯੋਗ CM ਪੰਜਾਬ ਅਤੇ ਪੰਜਾਬ ਦੇ ਸਾਰੇ ਹੀ ਮਾਣਯੋਗ ਕੈਬਨਿਟ ਮਿਨਿਸਟਰਸ ਦੀ ਮੀਟਿੰਗ ਜਿਹੜੀ ਹੈ ਡੇਰਾ ਬਨਾਣਾ ਵਿੱਚ ਹੋਣੀ ਹੈ। ਇੱਕ ਡੇਰਾ ਬਨਾਣਾ ਡਿਵੈਲਪਮੈਂਟ ਅਥਾਰਟੀ ਦੀ ਮੀਟਿੰਗ ਹੋਣੀ ਹੈ, ਉਸ ਤੋਂ ਬਾਅਦ ਕੈਬਨਿਟ ਮੀਟਿੰਗ ਹੋਣੀ ਆ ਜਿਹਦਾ ਵੈਨਿਊ ਦਾਣਾ ਮੰਡੀ ਹੈਗਾ, ਅਤੇ ਇਸ ਦੇ ਨਾਲ ਹੀ ਸਾਈਟ ਵਿਜ਼ਿਟ ਹੋਏਗੀ ਕੋਰੀਡੋਰ ਦੀ, ਅਤੇ ICP ਜਿੱਥੇ ਬਣ ਰਿਹਾ ਵਾ ਉਹ ਸਾਈਟ ਵਿਜ਼ਿਟ ਹੋਏਗੀ, ਅਤੇ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਇਸੇ ਵੈਨਿਊ 'ਤੇ ਜਿਹੜੀ ਆ ਉਹ ਕੀਤੀ ਜਾਣੀ। ਹੁਣ ਤੱਕ ਜੋ ਪ੍ਰੋਗਰਾਮ ਹੈ 11:30 ਵਜੇ ਦਾ ਜਿਹੜਾ ਵਾ ਉਹ ਸਟਾਰਟਿੰਗ ਟਾਈਮ ਹੈਗਾ, ਅਤੇ ਲੰਚ ਤੱਕ ਜਿਹੜੀ ਉਹ ਚੱਲੇਗੀ। ਕੱਲ੍ਹ ਨੂੰ ਮੀਟਿੰਗ ਜਿਹੜੀ ਇੱਥੇ ਦਾਣਾ ਮੰਡੀ ਡੇਰਾ ਬਾਬਾ ਨਾਨਕ ਕੀਤੀ ਜਾ ਹੋ ਰਹੀ ਆ, ਇਹਦੇ ਰਿਗਾਰਡਿੰਗ ਸਾਰੇ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਮੁਕੰਮਲ ਕਰ ਲਏ ਨੇ, ਸਾਰੀਆਂ ਜਿਹੜੀਆਂ ਡਿਊਟੀਆਂ ਵਗੈਰਾ ਲਾ ਦਿੱਤੀਆਂ ਗਈਆਂ ਨੇ, ਜਿਹਦੇ ਵਿੱਚ ਰੂਟ ਅਰੇਂਜਮੈਂਟਸ ਨੇ, ਪਲੇਸ ਆਫ ਫੰਕਸ਼ਨ ਹੈ, ਅਤੇ ਉਹਨਾਂ 'ਤੇ ਸਾਰੇ ਕਵਰ ਕੀਤੇ ਗਏ ਨੇ। ਹਾਂ ਬਿਲਕੁਲ, ਸਾਰੇ ਡਿਸਟ੍ਰਿਕਟ 'ਚ ਹੀ ਪ੍ਰੋਪਰ ਡਿਊਟੀ ਲਾਈ ਗਈ ਹੈ।